ਸਤਾਈ ਮਾਰਚ ਤੋਂ ਅੰਮ੍ਰਿਤਸਰ ਤੋਂ ਅਹਮਦਾਬਾਦ ਲਈ ਸਿੱਧੀ ਉਡਾਨ ਸ਼ੁਰੂ ਹੋ ਰਹੀ ਹੈ ਸਪਾਈਸ ਜੱਟ ਵੱਲ ਰੋਜ਼ਾਨਾ ਸੰਚਾਲਿਤ ਕੀਤੀ ਜਾਣ ਵਾਲੀ ਇਸ ਉਡਾਨ ਰਾਹੀਂ ਗੁਜਰਾਤ ਤੋਂ ਅਹਮਦਾਬਾਦ ਦਾ ਸਫ਼ਰ 2 ਘੰਟਿਆਂ ਵਿੱਚ ਪੂਰਾ ਹੋਏਗਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੇ ਅਹਮਦਾਬਾਦ ਵਿਚਾਲੇ ਕੋਈ ਉਡਾਨ ਨਹੀਂ ਸੀ ਅਹਮਦਾਬਾਦ ਤੋਂ ਸਪਾਈਸ ਜੱਟ ਦੀ ਇਹ ਉਡਾਨ ਸ਼ਾਮ 7:10 ਤੇ ਸ਼ੁਰੂ ਹੋ ਕੇ ਰਾਤ 9:10 ਤੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੇਗੀ ਜਦਕਿ ਅੰਮ੍ਰਿਤਸਰ ਤੋਂ ਇਹ ਫਲਾਈਟ ਰਾਤ 9:30 ਵਜੇ ਉਡਾਨ ਭਰੇਗੀ ਤੇ ਰਾਤ 11:25 ਤੇ ਅਹਮਦਾਬਾਦ ਪ